ਹਰਿਦੁਆਰ ਦੇ ਵਿੱਚ ਐਨਕਾਊਂਟਰ ਕੀਤਾ ਗਿਆ। ਸਤਿੰਦਰਪਾਲ ਸਿੰਘ ਉਰਫ ਲੱਕੀ ਵਜੋਂ ਨੌਜਵਾਨ ਦੀ ਪਛਾਣ ਹੋਈ ਹੈ, ਜਿਸਦਾ ਐਨਕਾਊਂਟਰ ਕੀਤਾ ਗਿਆ। ਸ੍ਰੀ ਮੁਕਤਸਰ ਸਾਹਿਬ ਦਾ ਰਹਿਣ ਵਾਲਾ ਸੀ, ਮੁਕਤਸਰ ਸਾਹਿਬ ਦੇ ਪਿੰਡ ਭੁੱਲਰ ਦਾ ਰਹਿਣ ਵਾਲਾ ਸੀ ਅਤੇ ਮੁਲਜ਼ਮਾਂ ਨੇ ਹਰਿਦੁਆਰ ਵਿੱਚ 5 ਕਰੋੜ ਦੀ ਲੁੱਟ ਕੀਤੀ ਸੀ। ਐਨਕਾਊਂਟਰ ਕੀਤਾ ਗਿਆ ਪੁਲਿਸ ਵੱਲੋਂ ਅਤੇ ਪੁਲਿਸ ਨੇ 2 ਹੋਰ ਨੌਜਵਾਨਾਂ ਨੂੰ ਵੀ ਹਿਰਾਸਤ ਦੇ ਵਿੱਚ ਲਿਆ ਅਤੇ ਮੁਲਜ਼ਮਾਂ ਨੇ ਹਰਿਦੁਆਰ ਦੇ ਵਿੱਚ 5 ਕਰੋੜ ਦੀ ਲੁੱਟ ਕੀਤੀ ਸੀ, ਜਿਸ ਤੋਂ ਬਾਅਦ ਪੁਲਿਸ ਨੂੰ ਇਹਨਾਂ ਦੀ ਭਾਲ ਸੀ। ਹਰਿਦੁਆਰ ਦੇ ਵਿੱਚ ਐਨਕਾਊਂਟਰ ਕੀਤਾ ਗਿਆ, ਇਹਨਾਂ ਵਿੱਚ ਇੱਕ ਸ਼ਖਸ ਸਤਿੰਦਰਪਾਲ ਸਿੰਘ ਉਰਫ ਲੱਕੀ, ਜਿਸਦਾ ਨਾਂ ਦੱਸਿਆ ਜਾ ਰਿਹਾ, ਇਹ ਸ਼ਾਮਲ ਹੈ, ਜਿਸਦਾ ਐਨਕਾਊਂਟਰ ਕਰ ਦਿੱਤਾ ਗਿਆ। ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਭੁੱਲਰ ਦਾ ਰਹਿਣ ਵਾਲਾ ਹੈ ਅਤੇ ਮੁਲਜ਼ਮਾਂ ਨੇ ਹਰਿਦੁਆਰ ਵਿੱਚ 5 ਕਰੋੜ ਦੀ ਲੁੱਟ ਕੀਤੀ ਸੀ। ਹੁਣ ਇਸਦੇ ਸਾਥੀਆਂ ਦੀ ਭਾਲ ਵੀ ਕੀਤੀ ਜਾ ਰਹੀ ਹੈ। 2 ਹੋਰ ਨੌਜਵਾਨਾਂ ਨੂੰ ਹਿਰਾਸਤ ਦੇ ਵਿੱਚ ਪੁਲਿਸ ਨੇ ਲਿਆ ਹੈ। ਹਰਿਦੁਆਰ ਵਿੱਚ ਪੰਜਾਬੀ ਨੌਜਵਾਨ ਦਾ ਐਨਕਾਊਂਟਰ ਕਰ ਦਿੱਤਾ ਗਿਆ। ਸਤਿੰਦਰਪਾਲ ਉਰਫ ਲੱਕੀ ਵਜੋਂ ਇਸਦੀ ਪਛਾਣ ਹੋਈ ਹੈ। ਮੁਕਤਸਰ ਸਾਹਿਬ ਨਾਲ ਇਹ ਸੰਬੰਧਿਤ ਹੈ, ਪਿੰਡ ਭੁੱਲਰ ਦਾ ਰਹਿਣ ਵਾਲਾ ਅਤੇ 5 ਕਰੋੜ ਦੀ ਲੁੱਟ ਦੀ ਵਾਰਦਾਤ ਨੂੰ ਇਸਨੇ ਅਤੇ ਇਸਦੇ ਸਾਥੀਆਂ ਨੇ ਅੰਜਾਮ ਦਿੱਤਾ ਸੀ, ਜਿਸ ਤੋਂ ਬਾਅਦ ਹਰਿਦੁਆਰ ਦੇ ਵਿੱਚ ਐਨਕਾਊਂਟਰ ਕਰ ਦਿੱਤਾ ਗਿਆ। ਤਾਂ ਮੁਕਤਸਰ ਤੋਂ ਜ਼ਿਆਦਾ ਜਾਣਕਾਰੀ ਦੇਣ ਲਈ ਸੋਨੂੰ ਖਹਿਰਾ ਜੁੜ ਗਏ ਨੇ। ਸੋਨੂੰ, ਪੂਰੀ ਜਾਣਕਾਰੀ ਚਾਹਵਾਂਗੇ ਜੋ ਹਰਿਦੁਆਰ ਦੇ ਵਿੱਚ ਇਸ ਸ਼ਖਸ ਦਾ ਐਨਕਾਊਂਟਰ ਕੀਤਾ ਗਿਆ ਅਤੇ ਕੀ ਹੋਰ ਵੀ ਪਹਿਲਾਂ ਤੋਂ ਇਸ ਤੇ ਪੰਜਾਬ ਵਿੱਚ ਕੋਈ ਮਾਮਲੇ ਦਰਜ ਸਨ? ਨੀਲਮ, ਦੱਸਣਾ ਚਾਹਾਂਗਾ, ਸ੍ਰੀ ਮੁਕਤਸਰ ਸਾਹਿਬ ਦੇ 3 ਨੌਜਵਾਨ ਜੋ ਹਰਿਦੁਆਰ ਵਿੱਚ ਜਾ ਕੇ ਜਿਹੜੇ ਲੁੱਟ ਖੋਹ ਦੀ ਜਿਹੜੀ ਵਾਰਦਾਤ ਨੂੰ ਅੰਜਾਮ ਦਿੰਦੇ ਆ, ਤਕਰੀਬਨ 5 ਕਰੋੜ ਦੇ ਜਿਹੜੇ ਜਵੈਲਰੀ ਦੀ ਸ਼ੋਰੂਮ ਤੇ ਜਿਹੜੀ ਇਹਨਾਂ ਵੱਲੋਂ ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਤੁਹਾਨੂੰ ਦੱਸਦੀ, ਇੱਕ ਨੌਜਵਾਨ ਜੋ ਜਿਹੜਾ ਲੱਕੀ ਦੇ ਨਾਮ ਜਿਹੜਾ ਮਸ਼ਹੂਰ ਮੁੰਡਾ ਗੈਂਗਸਟਰ ਸੀ, ਜਿਹੜਾ ਕਹਿ ਸਕਦੇ ਆਪਾਂ ਕਈ ਅਪਰਾਧਿਕ ਮਾਮਲੇ ਵੀ ਉਸਤੇ ਦਰਜ ਸੀ, ਤੇ ਜੋ ਹਰਿਦੁਆਰ ਵਿੱਚ ਪੁਲਿਸ ਵੱਲੋਂ ਐਨਕਾਊਂਟਰ ਕਰ ਦਿੱਤਾ ਗਿਆ ਸੀ। ਉੱਥੇ ਤੁਹਾਨੂੰ ਦੱਸਦੇ ਕਿ ਸ੍ਰੀ ਮੁਕਤਸਰ ਸਾਹਿਬ ਦੇ 2 ਨੌਜਵਾਨ ਹੋਰ ਸੀ, ਜਿਹਨਾਂ ਨੂੰ ਜਿਹੜੇ ਹਰਿਦੁਆਰ ਪੁਲਿਸ ਜਿਹੜੀ ਹਰਿਦੁਆਰ ਮੁਕਤਸਰ ਪੁਲਿਸ ਨਾਲ ਤਾਲਮੇਲ ਕਰਕੇ ਹਰਿਦੁਆਰ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ। ਉੱਥੇ ਜਿਹੜੀ ਵੱਖ ਵੱਖ ਧਰਾਵਾਂ ਤਹਿਤ ਵੀ ਇਹਨਾਂ ਤੇ ਮਾਮਲੇ ਦਰਜ ਕੀਤਾ ਗਿਆ। ਨੀਲਮ ਤੇ ਸੋਨੂੰ, ਪਰਿਵਾਰਕ ਮੈਂਬਰਾਂ ਦਾ ਕੀ ਕਹਿਣਾ ਹੈ, ਕਦੋਂ ਤੋਂ ਇਹ ਹਰਿਦੁਆਰ ਦੇ ਵਿੱਚ ਸਨ? ਹਾਲਾਂਕਿ ਦੱਸਣਾ ਚਾਹਾਂਗਾ, ਪਰਿਵਾਰ ਹਾਲੇ ਤੱਕ ਮੀਡੀਆ ਸਾਹਮਣੇ ਕੋਈ ਵੀ ਬਿਆਨ ਨਹੀਂ ਦਿੱਤਾ, ਨਾ ਹੀ ਹਰੇ ਪਰਿਵਾਰ ਵੱਲੋਂ ਕੋਈ ਬਿਆਨ ਕਿਹਾ ਜਾ ਰਿਹਾ ਕਿ ਨਾ ਦੇ ਦਿੱਤਾ ਜਾਵੇਗਾ। ਜੀ, ਬਹੁਤ ਸ਼ੁਕਰੀਆ ਸੋਨੂੰ ਤਮਾਮ ਜਾਣਕਾਰੀ ਦੇਣ ਦੇ ਲਈ। ਤਾਂ ਪੰਜਾਬੀ ਨੌਜਵਾਨ ਇਸ ਦੇ ਵਿੱਚ ਸ਼ਾਮਲ ਪਾਏ ਗਏ ਲੁੱਟ ਖੋਹ ਦੀ ਵਾਰਦਾਤ ਦੇ ਵਿੱਚ। 2 ਹੋਰ ਸਾਥੀਆਂ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਅਤੇ ਪੁੱਛਗਿੱਛ ਕੀਤੀ ਜਾਵੇਗੀ। ਹਰਿਦੁਆਰ ਦੇ ਵਿੱਚ ਐਨਕਾਊਂਟਰ ਕੀਤਾ ਗਿਆ। ਸਤਿੰਦਰਪਾਲ ਸਿੰਘ ਉਰਫ ਲੱਕੀ ਵਜੋਂ ਨੌਜਵਾਨ ਦੀ ਪਛਾਣ ਹੋਈ ਹੈ, ਜਿਸਦਾ ਐਨਕਾਊਂਟਰ ਕੀਤਾ ਗਿਆ। ਸ੍ਰੀ ਮੁਕਤਸਰ ਸਾਹਿਬ ਦਾ ਰਹਿਣ ਵਾਲਾ ਸੀ, ਮੁਕਤਸਰ ਸਾਹਿਬ ਦੇ ਪਿੰਡ ਭੁੱਲਰ ਦਾ ਰਹਿਣ ਵਾਲਾ ਸੀ ਅਤੇ ਮੁਲਜ਼ਮਾਂ ਨੇ ਹਰਿਦੁਆਰ ਵਿੱਚ 5 ਕਰੋੜ ਦੀ ਲੁੱਟ ਕੀਤੀ ਸੀ। ਐਨਕਾਊਂਟਰ ਕੀਤਾ ਗਿਆ ਪੁਲਿਸ ਵੱਲੋਂ ਅਤੇ ਪੁਲਿਸ ਨੇ 2 ਹੋਰ ਨੌਜਵਾਨਾਂ ਨੂੰ ਵੀ ਹਿਰਾਸਤ ਦੇ ਵਿੱਚ ਲਿਆ ਅਤੇ ਮੁਲਜ਼ਮਾਂ ਨੇ ਹਰਿਦੁਆਰ ਦੇ ਵਿੱਚ 5 ਕਰੋੜ ਦੀ ਲੁੱਟ ਕੀਤੀ ਸੀ, ਜਿਸ ਤੋਂ ਬਾਅਦ ਪੁਲਿਸ ਨੂੰ ਇਹਨਾਂ ਦੀ ਭਾਲ ਸੀ। ਹਰਿਦੁਆਰ ਦੇ ਵਿੱਚ ਐਨਕਾਊਂਟਰ ਕੀਤਾ ਗਿਆ, ਇਹਨਾਂ ਵਿੱਚ ਇੱਕ ਸ਼ਖਸ ਸਤਿੰਦਰਪਾਲ ਸਿੰਘ ਉਰਫ ਲੱਕੀ, ਜਿਸਦਾ ਨਾਂ ਦੱਸਿਆ ਜਾ ਰਿਹਾ, ਇਹ ਸ਼ਾਮਲ ਹੈ, ਜਿਸਦਾ ਐਨਕਾਊਂਟਰ ਕਰ ਦਿੱਤਾ ਗਿਆ। ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਭੁੱਲਰ ਦਾ ਰਹਿਣ ਵਾਲਾ ਹੈ ਅਤੇ ਮੁਲਜ਼ਮਾਂ ਨੇ ਹਰਿਦੁਆਰ ਵਿੱਚ 5 ਕਰੋੜ ਦੀ ਲੁੱਟ ਕੀਤੀ ਸੀ। ਹੁਣ ਇਸਦੇ ਸਾਥੀਆਂ ਦੀ ਭਾਲ ਵੀ ਕੀਤੀ ਜਾ ਰਹੀ ਹੈ। 2 ਹੋਰ ਨੌਜਵਾਨਾਂ ਨੂੰ ਹਿਰਾਸਤ ਦੇ ਵਿੱਚ ਪੁਲਿਸ ਨੇ ਲਿਆ ਹੈ। ਹਰਿਦੁਆਰ ਵਿੱਚ ਪੰਜਾਬੀ ਨੌਜਵਾਨ ਦਾ ਐਨਕਾਊਂਟਰ ਕਰ ਦਿੱਤਾ ਗਿਆ। ਸਤਿੰਦਰਪਾਲ ਉਰਫ ਲੱਕੀ ਵਜੋਂ ਇਸਦੀ ਪਛਾਣ ਹੋਈ ਹੈ। ਮੁਕਤਸਰ ਸਾਹਿਬ ਨਾਲ ਇਹ ਸੰਬੰਧਿਤ ਹੈ, ਪਿੰਡ ਭੁੱਲਰ ਦਾ ਰਹਿਣ ਵਾਲਾ ਅਤੇ 5 ਕਰੋੜ ਦੀ ਲੁੱਟ ਦੀ ਵਾਰਦਾਤ ਨੂੰ ਇਸਨੇ ਅਤੇ ਇਸਦੇ ਸਾਥੀਆਂ ਨੇ ਅੰਜਾਮ ਦਿੱਤਾ ਸੀ, ਜਿਸ ਤੋਂ ਬਾਅਦ ਹਰਿਦੁਆਰ ਦੇ ਵਿੱਚ ਐਨਕਾਊਂਟਰ ਕਰ ਦਿੱਤਾ ਗਿਆ।
ਤਾਂ ਮੁਕਤਸਰ ਤੋਂ ਜ਼ਿਆਦਾ ਜਾਣਕਾਰੀ ਦੇਣ ਲਈ ਸੋਨੂ ਖਹਿਰਾ ਜੁੜ ਗਏ ਨੇ। ਸੋਨੂੰ ਪੂਰੀ ਜਾਣਕਾਰੀ ਚਾਹਵਾਂਗੇ ਜੋ ਹਰਿਦੁਆਰ ਦੇ ਵਿੱਚ ਇਸ ਸ਼ਖਸ ਦਾ ਇਨਕਾਊਂਟਰ ਕੀਤਾ ਗਿਆ ਅਤੇ ਕੀ ਹੋਰ ਵੀ ਪਹਿਲਾਂ ਤੋਂ ਇਸ 'ਤੇ ਪੰਜਾਬ ਵਿੱਚ ਕੋਈ ਮਾਮਲੇ ਦਰਜ ਸਨ। ਨੀਲਮ ਦੱਸਣਾ ਚਾਹਾਂਗਾ, ਸ੍ਰੀ ਮੁਕਤਸਰ ਸਾਹਿਬ ਦੇ ਤਿੰਨ ਨੌਜਵਾਨ ਜੋ ਹਰਿਦੁਆਰ ਵਿੱਚ ਜਾ ਕੇ ਜਿਹੜੇ ਲੁੱਟ ਖੋਹ ਦੀ ਜਿਹੜੀ ਵਾਰਦਾਤ ਨੂੰ ਅੰਜਾਮ ਦਿੰਦੇ ਆ, ਤਕਰੀਬਨ 5 ਕਰੋੜ ਦੇ ਜਿਹੜੇ ਜਵੈਲਰੀ ਦੀ ਸ਼ੋਰੂਮ ਤੇ ਜਿਹੜੀ ਇਹਨਾਂ ਵੱਲੋਂ ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਤੁਹਾਨੂੰ ਦੱਸਦੀ ਇੱਕ ਨੌਜਵਾਨ ਜੋ ਲਖਵਿੰਦਰ ਸਿੰਘ ਜਿਹੜਾ ਲੱਕੀ ਦੇ ਨਾਮ ਜਿਹੜਾ ਮਸ਼ਹੂਰ ਮੁੰਡਾ ਗੈਂਗਸਟਰ ਸੀ, ਜਿਹੜਾ ਕਹਿ ਸਕਦੇ ਆਪਾਂ ਕਈ ਅਪਰਾਧਿਕ ਮਾਮਲੇ ਵੀ ਉਸਤੇ ਦਰਜ ਸੀ, ਤੇ ਜੋ ਹਰਿਦੁਆਰ ਵਿੱਚ ਪੁਲਿਸ ਵੱਲੋਂ ਇਨਕਾਊਂਟਰ ਕਰ ਦਿੱਤਾ ਗਿਆ ਸੀ। ਉੱਥੇ ਤੁਹਾਨੂੰ ਦੱਸ ਦਿਓ ਕਿ ਸ੍ਰੀ ਮੁਕਤਸਰ ਸਾਹਿਬ ਦੇ 2 ਨੌਜਵਾਨ ਹੋਰ ਸੀ ਜਿਹਨਾਂ ਨੂੰ ਜਿਹੜੇ ਹਰਿਦੁਆਰ ਪੁਲਿਸ ਜਿਹੜੀ ਹਰਿਦੁਆਰ ਮੁਕਤਸਰ ਪੁਲਿਸ ਨਾਲ ਤਾਲਮੇਲ ਕਰਕੇ ਹਰਿਦੁਆਰ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ। ਉੱਥੇ ਜਿਹੜੀ ਵੱਖ ਵੱਖ ਧਰਾਵਾਂ ਤਹਿਤ ਵੀ ਇਹਨਾਂ ਤੇ ਮਾਮਲੇ ਦਰਜ ਕੀਤਾ ਗਿਆ। ਤੇ ਸੋਨੂੰ ਪਰਿਵਾਰਕ ਮੈਂਬਰਾਂ ਦਾ ਕੀ ਕਹਿਣਾ ਹੈ, ਕਦੋਂ ਤੋਂ ਇਹ ਹਰਿਦੁਆਰ ਦੇ ਵਿੱਚ ਸਨ? ਹਾਲਾਂਕਿ ਜੀ ਦੱਸਣਾ ਚਾਹਾਂਗਾ, ਪਰਿਵਾਰ ਹਾਲੇ ਤੱਕ ਮੀਡੀਆ ਸਾਹਮਣੇ ਕੋਈ ਵੀ ਬਿਆਨ ਨਹੀਂ ਦਿੱਤਾ, ਨਾ ਹੀ ਹਰੇ ਪਰਿਵਾਰ ਵੱਲੋਂ ਕੋਈ ਬਿਆਨ ਕਿਹਾ ਜਾ ਰਿਹਾ ਕਿ ਨਾ ਦੇ ਦਿੱਤਾ ਜਾਵੇਗਾ। ਜੀ ਬਹੁਤ ਸ਼ੁਕਰੀਆ ਸੋਨੂੰ ਤਮਾਮ ਜਾਣਕਾਰੀ ਦੇਣ ਦੇ ਲਈ। ਤਾਂ ਪੰਜਾਬੀ ਨੌਜਵਾਨ ਇਸ ਦੇ ਵਿੱਚ ਸ਼ਾਮਲ ਪਾਏ ਗਏ ਲੁੱਟ ਖੋਹ ਦੀ ਵਾਰਦਾਤ ਦੇ ਵਿੱਚ। 2 ਹੋਰ ਸਾਥੀਆਂ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਅਤੇ ਪੁੱਛਗਿੱਛ ਕੀਤੀ ਜਾਵੇਗੀ।